आम आदमी पार्टी पंजाब दे प्रधान सुखपाल सिंह खैरा ने पठानकोट विच प्रेस कॉन्फ्रेंस की जिस दौरान उन्होंने मौजूदा पंजाब सरकार ते निशाने साधे। उन्होंने कहा कि पंजाब सरकार किसान कर्ज माफी नू लागू नहीं कर सकी जिस कारण किसान नित खुदकुशियां कर रहे ने। उन्हें भी कहा कि किसान खुदकुशियां विच वाधे का कारण असल विच पंजाब सरकार वालों कर्ज माफी का वादा ही बनया है। इस दौरान उन्होंने एनआरआई वालों आम आदमी पार्टी नाल मिलके खुदकुशी कर चुके किसानों के परिवार की मदद करन दा उचेचा जिक्र किया। उन्होंने कहा कि आम आदमी पार्टी किसान कर्ज माफी के मसले से सरकार नू जवाबदेह बनाने की कोशिश करेगी। ਸਮੱਸਿਆ ਤਾਂ ਨਿਰੰਤਰ ਚੱਲ ਰਹੀਆਂ ਵਾ, ਬਲਕਿ ਸਾਡਾ ਆਫਿਸ ਵਿਧਾਨ ਸਭਾ ਦਾ ਜਿਹੜਾ ਮੈਂ 1 ਜੁਲਾਈ ਤੋਂ ਲਿਸਟ ਮੇਨਟੇਨ ਕੀਤੀ ਇੱਕ, ਅਤੇ ਕੱਲ੍ਹ ਤੱਕ 92 ਸੁਸਾਈਡਸ ਦਾ 1 ਜੁਲਾਈ ਤੋਂ ਲੈ ਕੇ ਅਤੇ ਸਮਝ ਲਓ 1 ਸਪਟੈਂਬਰ ਤਾਂ ਹੀ ਹੋ ਗਈਆਂ ਸੀਗੀਆਂ। 5 ਮਹੀਨਿਆਂ 'ਚ ਘੱਟੋ ਘੱਟ 250 ਦੇ ਕਰੀਬ ਆਤਮ ਹੱਤਿਆ ਪੰਜਾਬ ਦੇ ਵਿੱਚ ਹੋ ਗਈਆਂ ਕਿਸਾਨਾਂ ਦੀਆਂ ਖੇਤ ਮਜ਼ਦੂਰਾਂ। ਇੱਥੋਂ ਸਬਕ ਕੀ ਮਿਲਦਾ ਸਰਕਾਰ ਨੂੰ ਕਿ ਜਿਹੜਾ ਇਹਨਾਂ ਨੇ ਅਖੌਤੀ ਇਹ ਕਰਜ਼ਾ ਮਾਫ਼ੀ ਦਾ ਇੱਕ ਐਲਾਨ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ, ਉਹ ਬਿਲਕੁਲ ਫੇਲ ਹੈ। ਉਹਦਾ ਕੋਈ ਅਸਰ ਨਹੀਂ ਲੋਕਾਂ ਦੇ ਉੱਤੇ, ਉਲਟਾ ਉਹਦਾ ਨੈਗੇਟਿਵ ਅਸਰ ਹੋ ਗਿਆ ਕਿ ਲੋਕਾਂ ਨੂੰ ਪਹਿਲਾਂ ਜਿਹੜੀ ਉਮੀਦ ਸੀ ਸ਼ਾਇਦ ਕਿ ਸਾਨੂੰ ਕਰਜ਼ਾ ਮਾਫ਼ ਹੋਵੇਗਾ, ਜਿੱਦਾਂ ਅਮਰਿੰਦਰ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਕੁੱਲ ਕਰਜ਼ਾ ਮਾਫ਼ ਕਰਾਂਗੇ, ਉਹ ਮਾਯੂਸ ਹੋ ਗਏ। ਸਗੋਂ ਉਹਦੇ ਨਾਲ ਖੁਦਕੁਸ਼ੀਆਂ ਪੰਜਾਬ ਦੇ ਵਿੱਚ ਜ਼ਿਆਦਾ ਤੇਜ਼ ਹੋ ਗਈਆਂ।